ਸੁਣਦਾ ਸਾਨੂੰ ਕਰਮਚੰਦ ਪਿੰਡ ਭੀਖਾਨਗਰ ਡਾਕਖਾਨਾ ਦਿਆਲਪੁਰ ਜਲੰਧਰ ਦਾ ਰਹਿਣ ਵਾਲਾ ਹਾਂ। ਮੇਰੀ ਧਰਮ ਪਤਨੀ ਦੂਸਰੀ ਵਾਰ ਸਰਪੰਚ ਚੁਣੇ ਗਏ। ਸਾਡੇ ਪਿੰਡ ਵਿੱਚ ਸਾਡੇ ਪ੍ਰਾਇਮਰੀ ਸਕੂਲ ਦੀ ਹਾਲਤ ਬਹੁਤ ਖਰਾਬ ਹੈ। ਉਸ ਦੇ ਸੁਧਾਰ ਲਈ ਅਸੀਂ ਸਰਕਾਰ ਪਾਸੋਂ ਗ੍ਰਾਂਟ ਦੀ ਮੰਗ ਕਰਦੇ ਹਾਂ। ਦੂਸਰਾ, ਸਾਡੇ ਪਿੰਡ ਗਲੀਆਂ ਨਾਲੀਆਂ ਦਾ ਕੰਮ ਅਧੂਰਾ, ਉਹ ਅਜੇ ਤਾਈਂ ਪੂਰਾ ਨਹੀਂ ਹੋ ਸਕਿਆ। ਤੀਸਰਾ, ਸਾਡੇ ਨਰੇਗਾ ਤਹਿਤ ਸ਼ਮਸ਼ਾਨ ਘਾਟ ਵਿੱਚ ਇੰਟਰਲਾਕ ਲਾਉਣ ਦਾ ਬਾਕੀ ਕੰਮ ਪਿਆ ਹੈ, ਜਦਕਿ ਧਰਮਸ਼ਾਲਾ ਅਧੂਰੀ ਪਈ ਹੈ। ਉਹਨੂੰ ਪੂਰਾ ਕਰਨ ਵਾਸਤੇ ਵੀ ਪਿੰਡ ਵਾਸੀਆਂ ਵੱਲੋਂ ਮੰਗ ਹੈ ਕਿ ਉਹਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ। ਦੂਸਰਾ, ਸਾਡੇ ਕੂੜਾ ਕਰਕਟ ਸਿੱਟਣ ਵਾਲੀ ਜਗ੍ਹਾ, ਉਹਦੀ ਚਾਰ ਦੁਆਰੀ ਹੋਣੀ ਚਾਹੀਦੀ ਹੈ, ਤਾਂ ਕਿ ਪਿੰਡ ਦੇ ਵਿੱਚ ਸਾਫ਼ ਸਫਾਈ ਰਹੇ, ਨਾਲੀਆਂ ਦੀ ਸਾਫ਼ ਸਫਾਈ ਰਹੇ, ਪਿੰਡ ਸਾਫ਼ ਸੁਥਰਾ ਹੋਵੇ, ਵਧੀਆ ਹੋਵੇ, ਜਿਹਦੇ ਨਾਲ ਕੋਈ ਆਉਂਦੇ ਜਾਂਦੇ ਲੋਕ ਦੇਖਣ ਤਾਂ ਪਿੰਡ ਨੂੰ ਚੰਗਾ ਕਹਿਣ, ਵਧੀਆ ਕਹਿਣ। ਬਾਕੀ ਸਾਡੇ ਪਿੰਡ ਦੀ ਪੰਚਾਇਤ ਬਹੁਤ ਵਧੀਆ ਬਣੀ ਹੈ। ਲੇਡੀ ਸਰਪੰਚ ਹੈ, ਚਾਰ ਲੇਡੀ ਪੰਚ ਆ, ਇੱਕ ਮੈਂਬਰ ਜੈਂਟਸ ਹੈ, ਸਾਰੀ ਪੰਚਾਇਤ ਤਕਰੀਬਨ ਲੇਡੀਜ਼ ਹੈ। ਇਸ ਕਰਕੇ ਸਾਨੂੰ ਆਪ ਮੂਹਰੇ ਹੋ ਕੇ ਗੱਲ ਕਰਨੀ ਪੈਂਦੀ ਹੈ, ਜਿੱਥੇ ਕਿਤੇ ਥਾਣੇ ਪਾਣੇ ਜਾਣਾ ਪਵੇ, ਪਰ ਗੌਰਮੈਂਟ ਕਹਿ ਰਹੀ ਹੈ ਕਿ ਲੇਡੀਜ਼ ਨੂੰ ਪਹਿਲ ਹੈ, ਇਸ ਕਰਕੇ ਕਈ ਵਾਰੀ ਰਾਤ ਬਰਾਤੇ ਵੀ ਜਾਣਾ ਪੈਂਦਾ। ਇਸ ਕਰਕੇ ਅਸੀਂ ਮਤਲਬ ਇਹ ਪਹਿਲ ਲੈਂਦੇ, ਉੱਦਾਂ ਅਸੀਂ ਇਹਨਾਂ ਦਾ ਹੱਕ ਨਹੀਂ ਲੈ ਰਹੇ ਜਿੱਦਾਂ ਗੌਰਮੈਂਟ ਕਹਿੰਦੀ ਹੈ ਵੀ ਅਸੀਂ ਲੇਡੀਜ਼ ਦੇ ਥਾਂ ਲੇਡੀਜ਼ ਨੂੰ ਗੱਲ ਕਰਨੀ ਚਾਹੀਦੀ ਆ। ਰਾਤ ਬਰਾਤੇ ਨਹੀਂ ਜਾ ਸਕਦੇ, ਸੱਥ ਦੇ ਵਿੱਚ ਕੋਈ ਪਿੰਡ ਦੀ ਸੱਥ ਵਿੱਚ ਕੋਈ ਗੱਲ ਹੁੰਦੀ ਹੈ ਤਾਂ ਬੰਦੇ ਨੂੰ ਗੱਲ ਕਰਨੀ ਪੈਂਦੀ ਹੈ, ਉੱਥੇ ਲੇਡੀਜ਼ ਨਹੀਂ ਜਾ ਸਕਦੇ। ਅਸੀਂ ਇਹ ਨਹੀਂ ਕਹਿੰਦੇ ਵੀ ਲੇਡੀਜ਼ ਜਾ ਨਹੀਂ ਸਕਦੇ ਜਾਂ ਲੇਡੀਜ਼ ਕੋਈ ਗੱਲ ਨਹੀਂ ਕਰ ਸਕਦੇ, ਕਰ ਸਕਦੇ, ਪਰ ਜਿਹੜਾ ਕੰਮ ਕਈ ਵਾਰੀ ਬੰਦਿਆਂ ਤੋਂ ਬਿਨਾਂ ਵੀ ਇਹ ਅਧੂਰਾ ਰਹਿ ਜਾਂਦਾ। ਇਸ ਕਰਕੇ ਮਤਲਬ ਅਸੀਂ ਇਸ ਗੱਲ ਦਾ ਇਹ ਨਹੀਂ ਕਹਿੰਦੇ ਹੈਗੇ ਵੀ ਸਰਪੰਚ ਨਹੀਂ ਬੋਲ ਰਿਹਾ ਅਤੇ ਮੈਂ ਬੋਲ ਰਿਹਾ ਜਾਂ ਮੈਂ ਉਹਦਾ ਘਰ ਵਾਲਾ ਤਾਂ ਕਰਕੇ ਬੋਲ ਰਿਹਾ, ਜਾਂ ਸਰਪੰਚ ਦਾ ਮੁੰਡਾ ਹੋਵੇ ਜਾਂ ਪਤੀ ਹੋਵੇ ਉਹੀ ਗੱਲ ਕਰਦੇ ਜੀ ਆਣ ਕੇ, ਇਹ ਗੱਲ ਗਲਤ ਹੈ। ਵੀ ਜਿੱਥੇ ਗੱਲ ਕਰਨ ਦੀ ਇਹਨਾਂ ਦੀ ਲੋੜ ਹੈ ਅਸੀਂ ਇਹਨਾਂ ਨੂੰ ਭੇਜੀ ਦਾ, ਜਿੱਥੇ ਸਾਡੇ ਕਈ ਵਾਰੀ ਲੜਾਈ ਹੁੰਦੀ ਹੈ ਤਾਂ ਮੂਹਰੇ ਹੋ ਕੇ ਇਹਨੇ ਥੋੜ੍ਹੀ ਜਾਣਾ, ਅਸੀਂ ਜਾ ਕੇ ਛੱਡ ਛੜਈਆ ਕਰਵਾਉਣਾ ਜਾਂ ਅਗਲੇ ਨੂੰ ਸਮਝਾਉਣਾ ਜਾਂ ਕਹਿਣਾ ਜਾਂ ਪੰਚਾਇਤ ਆਉਂਦੀ ਹੈ ਤਾਂ ਵੀ ਇਹਦੇ ਵਿੱਚ ਇਹ ਗੌਰਮੈਂਟ ਨੇ ਕੀਤਾ ਤਾਂ ਠੀਕ ਆ ਵੀ ਇਹ 50% ਕਰ ਦਿੱਤਾ ਇਸਤਰੀ ਲਈ, ਪਰ ਕਈ ਕੰਮ ਇਹੋ ਜਿਹੇ ਆ ਕਿ ਜਿਹੜੇ ਫਿਰ ਵੀ ਰਹਿ ਜਾਂਦੇ ਇਹਨਾਂ ਕੋਲ, ਉਹ ਬੰਦੇ ਨੂੰ ਕਰਨੇ ਪੈਂਦੇ ਜਾ ਕੇ ਆਪਣਾ। ਥੈਂਕ ਯੂ, ਮਿਹਰਬਾਨੀ ਜੀ।